ਗੁਰਵਿੰਦਰ ਸਿੰਘ, ਸਰਪੰਚ ਮਸਾਣੀਆਂ, ਬਲਾਕ ਬਟਾਲਾ, ਤਹਿਸੀਲ ਬਟਾਲਾ, ਡਿਸਟ੍ਰਿਕਟ ਗੁਰਦਾਸਪੁਰ, ਆਪ ਸਭ ਭੈਣ ਭਰਾਵਾਂ ਨੂੰ ਬੇਨਤੀ ਕਰਨਾ, ਜੋ ਸਰਕਾਰ ਨੇ ਸਾਡੀ ਮਦਦ ਵਾਸਤੇ ਕਰੋਨਾ ਦੇ ਟੈਸਟ ਕਰਨ ਵਾਸਤੇ ਟੀਮਾਂ ਪਿੰਡ ਵਿੱਚ ਭੇਜੀਆਂ ਹਨ, ਸਾਨੂੰ ਸਾਰਿਆਂ ਨੂੰ ਇਹਨਾਂ ਟੀਮਾਂ ਦਾ ਸਾਥ ਦੇਣਾ ਚਾਹੀਦਾ ਅਤੇ ਆਪਣੇ ਕਰੋਨਾ ਟੈਸਟ ਕਰਾਉਣੇ ਚਾਹੀਦੇ ਨੇ। ਮੈਂ ਵੀ ਆਪਣਾ ਕਰੋਨਾ ਦਾ ਟੈਸਟ ਕਰਾ ਚੁੱਕਾ ਹਾਂ। ਕਿਸੇ ਅਫਵਾਹ ਦੇ ਵਿੱਚ ਨਹੀਂ ਪੈਣਾ ਚਾਹੀਦਾ, ਜੋ ਅਫਵਾਹ ਨੇ ਉਹ ਗਲਤ ਨੇ। ਜੇਕਰ ਸਾਨੂੰ ਸਮੇਂ ਸਿਰ ਟੈਸਟ ਕਰਾ ਕੇ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਬਹੁਤ ਸੌਖਾ ਹੈ। ਇਸਦਾ ਇਲਾਜ ਜੇ ਟਾਈਮ ਨਾਲ ਪਤਾ ਲੱਗ ਜਾਵੇ ਤਾਂ ਘਰ ਦੇ ਵਿੱਚ ਹੀ ਰਹਿ ਕੇ ਉੱਥੇ ਆ ਕੇ ਟੀਮਾਂ ਇਲਾਜ ਕਰਦੀਆਂ ਨੇ। ਅਤੇ ਮੇਰੀ ਬੇਨਤੀ ਹੈ ਸਭ ਭੈਣ ਭਰਾਵਾਂ ਨੂੰ, ਕਿਸੇ ਵੀ ਅਫਵਾਹ ਦੇ ਵਿੱਚ ਨਾ ਜਾਓ ਅਤੇ ਆਪਣਾ ਕਰੋਨਾ ਟੈਸਟ ਆ ਜਿਹੜਾ ਜ਼ਰੂਰ ਕਰਾਓ। ਜਿਹੜੀਆਂ ਵੀ ਟੀਮਾਂ ਪਿੰਡਾਂ ਦੇ ਵਿੱਚ ਆਉਂਦੀਆਂ ਨੇ, ਉਹ ਜਿਹੜਾ ਕੈਂਪ ਲਾਉਂਦੀਆਂ ਨੇ, ਉਹਨਾਂ ਦਾ ਪੂਰਨ ਸਹਿਯੋਗ ਦਿਓ। ਇਸ ਦੇ ਵਿੱਚ ਹੀ ਆਪਣਾ ਅਤੇ ਸਭ ਜਨਤਾ ਦਾ ਭਲਾ ਕਰਨਾ ਚਾਹੀਦਾ।